ਸਤਿਕਾਰਯੋਗ ਗੁਰਦਾਸਪੁਰ ਸ਼ਹਿਰ ਦੇ ਵਾਸੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਭ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੋ ਸਾਡੇ ਸ਼ਹਿਰ ਦਾ ਪਿਛਲੇ 10 ਸਾਲਾਂ ਤੋਂ ਬਹੁਤ ਮਾੜਾ ਮਾਹੌਲ ਹੈ, ਸਹਿਮ ਦਾ ਮਾਹੌਲ ਹੈ, ਆਓ ਰਲ ਮਿਲ ਕੇ ਹਮਲਾ ਮਾਰੀਏ ਅਤੇ ਇਮਾਨਦਾਰੀ ਦੀ ਰਾਜਨੀਤੀ ਦੀ ਨਵੀਂ ਸ਼ੁਰੂਆਤ ਕਰੀਏ ਔਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਵਧਾਈਏ ਅਤੇ ਜੋ ਵੀ ਸ਼ਹਿਰ ਦੇ ਵਿੱਚ ਮਾੜੇ ਕੰਮ ਜਾਂ ਮਾੜੇ ਅਨਸਰ ਨੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਬਣਦੀ ਸਜ਼ਾ ਕਾਨੂੰਨ ਦੇਵੇਗਾ। ਆਪਾਂ ਇਮਾਨਦਾਰੀ ਦੇ ਨਾਲ ਸ਼ਹਿਰ ਦੇ ਵਿੱਚ ਇੱਕ ਵਧੀਆ ਮਾਹੌਲ ਕ੍ਰੀਏਟ ਕਰੀਏ ਅਤੇ ਜਿਹੜਾ ਮਾਹੌਲ 1997 ਦੇ ਵਿੱਚ ਸਰਦਾਰ ਕਰਤਾਰ ਸਿੰਘ ਜੀ ਪਾੜਾ, ਜਿਹਨੇ ਬਤੌਰ ਵਿਧਾਇਕ ਗੁਰਦਾਸਪੁਰ ਦੇ ਵਿੱਚ ਬੜੀ ਇਮਾਨਦਾਰੀ ਨਾਲ ਸੇਵਾ ਕੀਤੀ, ਉਹਨਾਂ ਦੇ ਰਸਤੇ 'ਤੇ ਚੱਲਦੇ ਹੋਏ ਇੱਕ ਬੜਾ ਪਿਆਰ ਵਾਲਾ ਮਾਹੌਲ ਗੁਰਦਾਸਪੁਰ 'ਚ ਕ੍ਰੀਏਟ ਕਰੀਏ। ਅਸੀਂ ਪਰਚੇ ਅਤੇ ਕਬਜ਼ਿਆਂ ਦੀ ਰਾਜਨੀਤੀ ਤੋਂ ਤੌਬਾ ਕਰੀਏ ਅਤੇ ਇਮਾਨਦਾਰੀ ਨਾਲ ਹਰ ਘਰ ਦੇ ਵਿੱਚ ਪਿਆਰ ਦੇ ਵਿੱਚ ਵਾਧਾ ਹੋਵੇ, ਇੱਕ ਚੰਗੇ ਨਾਗਰਿਕ ਬਣ ਕੇ ਗੁਰਦਾਸਪੁਰ ਦੀ ਤਰੱਕੀ ਦੀ ਮਨੋਕਾਮਨਾ ਸਾਰੇ ਸਾਡੇ ਗੁਰਦਾਸਪੁਰ ਸ਼ਹਿਰੀਆਂ ਦੀ ਪੂਰੀ ਹੋਵੇ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਹਿੰਦ, ਜੈ ਭਾਰਤ।